ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਾਰਲੋ ਘੋ ਨੂੰ ਭੰਡਾ ਇੱਕ ਮਹੀਨੇ ਤੱਕ ਬਿਜਲੀ ਬੰਤਣ ਵਾਲੇ ਲਈ ਆ ਸਕਦੀ ਹੈ ਵੱਡੀ ਪਰੇਸ਼ਾਨੀ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਲਾਇਕ ਐਂਡ ਸ਼ੇਅਰ ਵੀ ਕਰ ਦੇਣਾ ਪ੍ਰਾਪਤ ਜਾਣਕਾਰੀ ਅਨੁਸਾਰ ਹੋਣ ਵਾਲੀਆਂ ਚੋਣਾਂ ਵਿੱਚ ਜਿੱਥੇ ਬਿਜਲੀ ਵਿਭਾਗ ਦੇ ਟੈਕਨੀਕਲ ਸਟਾਫ ਦੀ ਡਿਊਟੀ ਲਗਾਈ ਗਈ ਹੈ ਜਿੰਨਾ ਵਿੱਚ ਬਿਜਲੀ ਵਿਭਾਗ ਦੇ ਜੀ ਮੈਕਸੀਕਨ ਐਸਡੀਓ ਤੇ ਹੋਰ ਦੁੱਝੇ ਰੈਂਕ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਜਿੱਥੇ ਇਹਨਾਂ ਸਾਰੇ ਕਰਮਚਾਰੀਆਂ ਦੀ 1 ਮਹੀਨੇ ਲਈ ਇਲੈਕਸ਼ਨ ਉੱਪਰ ਡਿਊਟੀ ਲਗਾ ਦਿੱਤੀ ਗਈ ਹੈ ਉਥੇ ਪਾਵਰਕਾਮ ਤੇ ਦਰ ਪ੍ਰਵੇਸ਼ ਹੋਣ ਵਾਲੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਵੀ ਉਹ ਨਾਲ ਹੀ ਮੁਸ਼ਕਲ ਹੋ ਗਿਆ ਹੈ ਜਿੱਥੇ ਹੁਣ ਪਾਵਰ ਕਾਮ ਦੇ ਬਿਜਲੀ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਵਿਘਨ ਪੈ ਸਕਦਾ ਹੈ ਜਿੱਥੇ ਇੰਨਾ ਸਾਰੇ ਕਰਮਚਾਰੀਆਂ ਨੂੰ ਚੋਣਾ ਵਾਸਤੇ ਤਨਾਤ ਕੀਤਾ ਗਿਆ ਅਤੇ ਬਿਜਲੀ ਵਿਭਾਗ ਵਿੱਚ ਬਿਜ਼ਨਸ ਸੰਬੰਧਿਤ ਮੁਸ਼ਕਲ ਪੇਸ਼ ਹੋਣ ਤੇ ਲੋਕਾਂ ਨੂੰ ਇੱਕ ਮਹੀਨੇ ਲਈ ਬਿਜਲੀ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਅਗਰ ਇਸ ਬਰਸਾਤ ਦੇ ਮੌਸਮ ਦੀ ਬਿਜਲੀ ਸੰਬੰਧੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਅਜੇ ਵਿੱਚ ਲਾਈਨ ਦੀ ਰਿਪੇਅਰ ਕਰਨ ਵਾਸਤੇ ਪਰਮਿਟ ਕਿਵੇਂ ਲਿਆ ਜਾਵੇ ਉੱਥੇ ਹੀ ਇੱਕ ਵੱਡਾ ਸਵਾਲ ਖੜਾ ਆਉਂਦਾ ਹੈ ਇਸ ਸਮੇਂ ਜਿੱਥੇ ਬਿਜਲੀ ਘਰਾਂ ਵਿੱਚ ਕੈਸ਼ ਕਾਊਂਟਰ ਵੀ ਬੰਦ ਕੀਤੇ ਗਏ ਨੇ ਕਿਉਂਕਿ ਉਸ ਸਟਾਫ ਨੂੰ ਛੋਣਾ ਵਾਸਤੇ ਡਿਊਟੀ ਤੇ ਤਨਖਤ ਕੀਤਾ ਗਿਆ ਵੱਖ-ਵੱਖ ਵਿਭਾਗਾਂ ਵਿੱਚ ਜਿੱਥੇ ਬਹੁਤ ਸਾਰੇ ਸਟਾਫ ਨੂੰ ਛੋਣਾ ਵਾਸਤੇ ਤਨਖਤ ਕੀਤਾ ਗਿਆ ਉੱਥੇ ਹੀ ਉਹਨਾਂ ਸਾਰੇ ਵਿਭਾਗਾਂ ਵਿੱਚ ਬਹੁਤ ਸਾਰੇ ਕੰਮ ਪ੍ਰਭਾਵਿਤ ਹੋ ਰਹੇ ਨੇ ਖਬਰ ਨੂੰ ਲਾ ਸਕਦੇ ਦੇਖਣ ਲਈ ਤੁਹਾਡਾ ਬਹੁਤ ਬਹੁਤ